ਵਾਹਿਗੁਰੂ ਸਾਹਿਬ ਜੀ ਦੋਹਰਾ ਸਭੈ ਖਾਲਸੈ ਊ ਕਹੀ ਹਮ ਜੈ ਸੁਣੈ ਨਗਤ ਤਬੈ ਖਾਲਸੇ ਉਹ ਕਹੀ ਹਮ ਜੈ ਸੁਣੇ ਨਾ ਗੱਲ। ਭਾਈ ਰਤਨ ਸਿੰਘ ਜੀ ਭੰਗੂ ਜੀ ਕਹਿੰਦੇ ਹਨ, ਸਿੱਖਾਂ ਨੇ ਸਰਬੱਤ ਖਾਲਸਾ ਸ੍ਰੀ ਅਕਾਲ ਤਖਤ ਸਾਹਿਬ ਤੇ ਇਕੱਤਰ ਕੀਤਾ, ਜਿਸ ਵਿੱਚ ਇੱਕ ਕਿਲਾ ਉਸਾਰਨ ਦੇ ਲਈ ਵਿਚਾਰਾਂ ਕੀਤੀਆਂ ਗਈਆਂ। ਅਖੀਰ ਕਿਲਾ ਉਸਾਰਨ ਵਾਸਤੇ ਗੁਰਮਤਾ ਪਾ ਲਿਆ ਗਿਆ। ਪਵਿੱਤਰ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਨੂੰ ਚੁਣ ਲਿਆ ਗਿਆ। ਇਸ ਧਰਤੀ ਤੇ ਹੀ ਉਹ ਕਿਲਾ ਬਣਾਇਆ ਜਾਵੇਗਾ। ਅਖੀਰ ਫਿਰ ਉਸ ਜਗ੍ਹਾ ਨੂੰ ਵੇਖਿਆ ਜਾਣ ਲੱਗਾ, ਉਹਦੇ ਬਾਰੇ ਵਿਚਾਰਾਂ ਕਰਨ ਲੱਗੇ ਸਿੱਖ, ਅੰਮ੍ਰਿਤਸਰ ਸਾਹਿਬ ਦੇ ਵਿੱਚ ਕਿੱਥੇ ਇਸ ਕਿਲੇ ਨੂੰ ਬਣਾਇਆ ਜਾਵੇ। ਫਿਰ ਇੱਕ ਸਲਾਹ ਦਿੰਦਾ ਹੈ ਖਾਲਸਾ ਜੀ, ਸਤਿਗੁਰੂ ਜੀ ਨੇ ਪੰਜ ਸਰੋਵਰ ਇਸ ਪਾਵਨ ਪਵਿੱਤਰ ਧਰਤੀ ਤੇ ਬਣਾਏ ਹਨ ਜੋ ਬਿਲਕੁਲ ਲਾਗੇ ਲਾਗੇ ਹਨ। ਆਪਾਂ ਇਹਨਾਂ ਪੰਜਾਂ ਸਰੋਵਰਾਂ ਦੇ ਕਿਸੇ ਇੱਕ ਕੰਡੇ ਉੱਤੇ ਇਸ ਕਿਲੇ ਨੂੰ ਬਣਾ ਲਈਏ, ਕਿਉਂਕਿ ਇਹ ਪੰਜ ਸਰੋਵਰ ਗੁਰੂ ਸਾਹਿਬ ਜੀ ਨੇ ਆਪਣੇ ਘਰ ਕਮਲਾਂ ਨਾਲ ਉਸਾਰੇ ਹਨ, ਤੇ ਇਹਨਾਂ ਪੰਜਾਂ ਸਰੋਵਰਾਂ ਤੋਂ ਪਰੇ ਜਾਣਾ ਸਾਡੇ ਲਈ ਚੰਗੀ ਗੱਲ ਨਹੀਂ ਹੈ। ਇੱਕ ਸਿੱਖ ਨੇ ਫਿਰ ਹੋਰ ਵਿਚਾਰ ਦਿੱਤੀ, ਉਹ ਕਹਿਣ ਲੱਗਾ, ਹਾਂ ਬਿਲਕੁਲ ਇਹ ਗੱਲ ਸਹੀ ਹੈ, ਕਿਉਂਕਿ ਮੈਂ ਵੀ ਇਸ ਪਾਵਨ ਪਵਿੱਤਰ ਧਰਤੀ ਤੇ ਪਰਮਾਤਮਾ ਦੇ ਵੱਲੋਂ ਇੱਕ ਕੌਤਕ, ਇੱਕ ਅਚਰਜ ਕੌਤਕ ਵੇਖਿਆ ਹੈ, ਜਿਹਦੇ ਬਾਰੇ ਉਸਨੇ ਖਾਲਸੇ ਨੂੰ ਦੱਸਿਆ ਕਿ ਇੱਕ ਬੱਕਰੀ ਨੇ ਬੱਚਿਆਂ ਨੂੰ ਜਨਮ ਦਿੱਤਾ। ਬਗਿਆੜ ਉਸ ਬੱਚਿਆਂ ਨੂੰ ਲੈਣ ਵਾਸਤੇ ਆਇਆ, ਖੋਣ ਲੱਗਾ, ਪਰ ਬੱਕਰੀ ਨੇ ਉਹਨਾਂ ਬੱਚਿਆਂ ਨੂੰ ਜਾਣ ਨਹੀਂ ਦਿੱਤਾ, ਆਪਣੇ ਤੋਂ ਵੱਖ ਨਹੀਂ ਹੋਣ ਦਿੱਤਾ। ਇਹ ਜਿਹੜਾ ਕੌਤਕ ਉਹ ਸਿੱਖ ਨੇ ਸਿੱਖਾਂ ਨੂੰ ਸੁਣਾਇਆ, ਖਾਲਸੇ ਨੂੰ ਸੁਣਾਇਆ, ਤੇ ਕਈ ਜਿਹੜੇ ਸਨ ਉਹ ਵਿੱਚੋਂ ਕਹਿਣ ਲੱਗੇ ਕਿ ਤਬੇ ਖਾਲਸਾ ਉਹ ਕਈ ਹਮ ਜੈ ਸੁਣੇ ਨਾ ਗੱਲ। ਕਈ ਕਹਿਣ ਲੱਗੇ ਕਿ ਅਸੀਂ ਇਸ ਗੱਲ ਨੂੰ ਨਹੀਂ ਮੰਨਦੇ ਕਿ ਬੱਕਰੀ ਨੇ ਬੱਚੇ ਜਾਣ ਨਹੀਂ ਦਿੰਦੇ, ਬੱਕਰੀ ਨੂੰ ਬਗਿਆੜ ਨਾਲ ਲੜਨਾ ਪੈ ਗਿਆ, ਅਸੀਂ ਇਸ ਗੱਲ ਨੂੰ ਮੰਨਣ ਵਾਸਤੇ ਤਿਆਰ ਨਹੀਂ ਹਾਂ, ਕਿਉਂਕਿ ਸਾਡਾ ਨਿਸ਼ਚਾ ਉਹ ਬੱਕਰੀ ਤੇ ਜਾਂ ਬਗਿਆੜ ਦੇ ਉੱਤੇ ਨਹੀਂ ਹੈ, ਸਾਡਾ ਨਿਸ਼ਚਾ ਹੋਰ ਕਿਸੇ ਚੀਜ਼ ਉੱਤੇ ਹੈ। ਹਮਰੋ ਨਿਸ਼ਚਾ ਗੁਰ ਉੱਤੇ ਮਰੈ ਚਰਨ ਉਸ ਤਲ। ਉਹ ਸਿੱਖ ਕਹਿਣ ਲੱਗਾ, ਸਾਡਾ ਨਿਸ਼ਚਾ ਬੱਕਰੀ ਉੱਤੇ ਜਾਂ ਬਗਿਆੜ ਉੱਤੇ ਨਹੀਂ ਹੈ, ਸਾਡਾ ਨਿਸ਼ਚਾ ਹੈ ਗੁਰੂ ਉੱਤੇ, ਸਾਡਾ ਨਿਸ਼ਚਾ ਹੈ ਰੱਬ ਉੱਤੇ, ਕਿਉਂਕਿ ਅਸੀਂ ਗੁਰੂ ਰੱਬ ਤੋਂ ਵਾਹਿਗੁਰੂ ਤੋਂ ਪਰੇ ਜਾ ਹੀ ਨਹੀਂ ਸਕਦੇ। ਇਸੇ ਕਰਕੇ ਸਤਿਗੁਰੂ ਜੀ ਦਾ ਇੱਕ ਬਚਨ ਵੀ ਬਾਣੀ ਵਿੱਚ ਆਉਂਦਾ, ਸਾਹਿਬ ਮੇਰਾ ਇੱਕੋ ਹੈ ਭਾਈ ਇੱਕੋ ਹੈ। ਇੱਕ ਰੱਬ ਤੋਂ ਬਿਨਾਂ, ਗੁਰੂ ਤੋਂ ਇਲਾਵਾ ਅਸੀਂ ਕਿਸੇ ਤੇ ਨਿਸ਼ਚਾ ਨਹੀਂ ਕਰ ਸਕਦੇ। ਇਸ ਕਰਕੇ ਇਸ ਗੁਰੂ ਤੇ ਭਰੋਸਾ ਰੱਖ ਕੇ ਹੀ ਅਸੀਂ ਇਹਨਾਂ ਪੰਜਾਂ ਸਰੋਵਰਾਂ ਤੋਂ ਕਿਸੇ ਇੱਕ ਕੰਡੇ ਦੇ ਉੱਤੇ ਕਿਲਾ ਉਸਾਰਾਂਗੇ, ਤੇ ਜਿਹੜੀ ਗੱਲ ਇਸ ਸਿੱਖ ਨੇ ਕਹੀ ਉਹ ਮੈਂ ਮੰਨਣ ਨੂੰ ਤਿਆਰ ਨਹੀਂ ਹਾਂ, ਕਿਉਂਕਿ ਆਪਣਾ ਆਪਣਾ ਸੁਭਾਅ ਹੁੰਦਾ ਹੈ, ਆਪਣਾ ਆਪਣੀ ਬਿਰਤੀ ਹੁੰਦੀ ਹੈ, ਹਰੇਕ ਦੀ ਗੱਲ ਨੂੰ ਜਿਹੜਾ ਜ਼ਰੂਰੀ ਨਹੀਂ ਕਿ ਸਾਰੇ ਲੋਕ ਜਾਂ ਸਾਰੀ ਦੁਨੀਆ ਪ੍ਰਵਾਨ ਕਰ ਲਵੇ, ਤੇ ਇਹ ਵੀ ਜ਼ਰੂਰੀ ਨਹੀਂ ਕਿ ਸਾਰੀ ਦੁਨੀਆ ਹੀ ਉਸ ਗੱਲ ਨੂੰ ਠੁਕਰਾ ਦੇਵੇ, ਕਿਉਂਕਿ ਸਤਿਗੁਰੂ ਜੀ ਦੀ ਬਾਣੀ ਦਾ ਇੱਕ ਫੈਸਲਾ, ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ। ਪਰਮਾਤਮਾ ਨੇ ਕੁਦਰਤ ਵਿੱਚ ਰੰਗਾਂ ਰੰਗਾਂ ਦੇ ਜੀਵ ਪੈਦਾ ਕੀਤੇ ਹਨ, ਜਿਹਨੂੰ ਪਰਮਾਤਮਾ ਨੇ ਮਾਇਆ ਸ਼ਬਦ ਵਰਤਿਆ ਹੋਇਆ ਹੈ। ਸਤਿਗੁਰੁ ਜੀ ਕਹਿੰਦੇ ਉਹਦੇ ਵਿੱਚ ਪਰਮਾਤਮਾ ਨੇ ਕਈਆਂ ਦਾ ਮਿੱਠਾ ਸੁਭਾਅ ਪੈਦਾ ਕੀਤਾ ਹੈ, ਕਈਆਂ ਦਾ ਕੌੜਾ ਸੁਭਾਅ ਪੈਦਾ ਕੀਤਾ ਹੈ, ਕਈ ਜਿਹੜੇ ਸਾਰਿਆਂ ਦੀ ਗੱਲ ਮੰਨਣ ਨੂੰ ਤਿਆਰ ਹੋ ਜਾਂਦੇ ਹਨ, ਕਈ ਜਿਹੜੇ ਉਸ ਗੱਲ ਨੂੰ ਜਿਹੜਾ ਠੁਕਰਾ ਦਿੰਦੇ ਹਨ ਕਿ ਆਪਣੀ ਆਪਣੀ ਸਾਰੀ ਬਿਰਤੀ ਹੈ। ਪਰ ਜੇ ਕੋਈ ਗੱਲ ਨੂੰ ਕਹਿ ਰਿਹਾ ਕਿ ਮੈਂ ਮੰਨਣ ਨੂੰ ਤਿਆਰ ਨਹੀਂ, ਇਹਦੀ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹਾਂ, ਹੋ ਸਕਦਾ ਉਹ ਬੰਦਾ ਮੰਨਣ ਨੂੰ ਤਿਆਰ ਨਾ ਹੋਵੇ, ਪਰ ਜਿਹੜੇ ਹੋ ਸਕਦੇ ਕਿ ਦੂਸਰਾ ਬੰਦਾ ਇਸ ਗੱਲ ਨੂੰ ਪ੍ਰਵਾਨ ਕਰਦਾ ਹੋਵੇ, ਕਿਉਂਕਿ ਉਹਨੂੰ ਉਸ ਗੱਲ ਦੇ ਵਿੱਚੋਂ ਗਿਆਨ ਦਿਸ ਰਿਹਾ ਹੈ। ਇਸੇ ਕਰਕੇ ਹੀ ਜਿਹੜਾ ਦੁਨੀਆਂ ਦੇ ਵਿੱਚ ਜਿੰਨੇ ਮਹਾਂਪੁਰਸ਼ ਹੋਏ ਹਨ,
ਦੁਨੀਆ ਨੇ ਸਾਰਿਆਂ ਨੇ ਉਹਨਾਂ ਦੀਆਂ ਗੱਲਾਂ ਨੂੰ ਪ੍ਰਵਾਨ ਨਹੀਂ ਕੀਤਾ, ਕਈਆਂ ਕਈਆਂ ਨੇ ਪ੍ਰਵਾਨ ਕੀਤਾ ਹੈ, ਤੇ ਜਿਨ੍ਹਾਂ ਨੇ ਪ੍ਰਵਾਨ ਕੀਤਾ ਗੁਰੂ ਸਾਹਿਬ ਜੀ ਨੇ ਉਹਨਾਂ ਲਈ ਸ਼ਬਦ ਵਰਤਿਆ, ਜਗ ਮੈਂ ਉੱਤਮ ਕੱਢ ਗਿਆ ਵਿਰਲੇ ਕੇ, ਕਿਉਂਕਿ ਭੇਡਾਂ ਜਿਹੜੀਆਂ ਹੁੰਦੀਆਂ ਉਹ ਭੇਡਾਂ ਦੀਆਂ ਹੁੰਦੀਆਂ ਹਨ, ਜਿਹੜੇ ਬ੍ਰਹਮ ਗਿਆਨੀ ਹੁੰਦੇ ਉਹਨਾਂ ਦੀਆਂ ਕਦੀ ਭੇਡਾਂ ਨਹੀਂ ਹੁੰਦੀਆਂ। ਇਸੇ ਕਰਕੇ ਸਤਿਗੁਰੂ ਜੀ ਨੇ ਬਾਣੀ ਵਿੱਚ ਵੀ ਕਿਹਾ ਹੈ, ਹੈਣ ਵਿਰਲੇ ਨਾਹੀ ਘਣੇ ਠਹਿਰ ਫਕੜ ਸੰਸਾਰ। ਉਹ ਸਿੱਖ ਨੇ ਗੱਲ ਸੁਣਾਈ, ਉਹ ਕਹਿੰਦਾ ਮੈਂ ਇਹਦੀ ਗੱਲ ਮੰਨਣ ਨੂੰ ਤਿਆਰ ਨਹੀਂ, ਮੇਰਾ ਨਿਸ਼ਚਾ ਗੁਰੂ ਉੱਤੇ ਹੈ, ਮੇਰਾ ਨਿਸ਼ਚਾ ਰੱਬ ਉੱਤੇ ਹੈ, ਤੇ ਮੈਂ ਰੱਬ ਤੋਂ ਪਰਾਂ ਕਿਤੇ ਨਹੀਂ ਜਾ ਸਕਦਾ। ਤਬ ਇੱਕ ਸਿੰਘ ਸਿਆਣੇ ਕਹੀ, ਫਿਰ ਇੱਕ ਸਿਆਣਾ ਸਿੱਖ ਵਿੱਚੋਂ ਹੋਰ ਉੱਠ ਕੇ ਬੋਲਿਆ, ਉਹ ਵੀ ਆਪਣੇ ਵਿਚਾਰ ਖਾਲਸੇ ਦੇ ਸਾਹਮਣੇ ਰੱਖਦਾ ਹੈ। ਸਭੀ ਬਾਤ ਇਹਾਂ ਮਿਲ ਰਹੀ, ਉਹ ਸਿੱਖ ਕਹਿਣ ਲੱਗਾ ਖਾਲਸਾ ਜੀ ਇੱਥੇ ਹੁਣ ਸਾਰੀਆਂ ਗੱਲਾਂ ਹੀ ਮਿਲ ਗਈਆਂ ਹਨ, ਇੱਥੇ ਹੁਣ ਸਾਰੀਆਂ ਗੱਲਾਂ ਢੁੱਕ ਗਈਆਂ ਹਨ। ਇਸ ਸਿੱਖ ਦੀ ਬੱਕਰੀ ਵਾਲੀ ਗੱਲ ਵੀ ਢੁੱਕ ਗਈ ਹੈ, ਅਤੇ ਇੱਥੇ ਉਹ ਗੱਲ ਵੀ ਢੁੱਕ ਗਈ ਹੈ ਜਿਹੜੀ ਇਹ ਗੁਰੂ ਰੱਬ ਦੀ ਗੱਲ ਕਰ ਰਿਹਾ ਹੈ, ਕਿਉਂਕਿ ਬੱਕਰੀ ਨੂੰ ਤਾਕਤ ਦੇਣ ਵਾਲਾ ਵੀ ਰੱਬ ਗੁਰੂ ਹੈ, ਅਤੇ ਮਨਹਾਨ ਨੂੰ ਤਾਕਤ ਦੇਣ ਵਾਲਾ ਵੀ ਰੱਬ ਗੁਰੂ ਹੀ ਹੈ, ਕਿਉਂਕਿ ਸਾਰਿਆਂ ਨੂੰ ਤਾਕਤ ਦਾ ਸੋਮਾ ਉਹ ਕੇਵਲ ਰੱਬ ਗੁਰੂ ਹੈ, ਅਤੇ ਰੱਬ ਗੁਰੂ ਤੋਂ ਬਿਨਾਂ ਜਿਹੜਾ ਕੋਈ ਕਿਸੇ ਨੂੰ ਤਾਕਤ ਦੇ ਹੀ ਨਹੀਂ ਸਕਦਾ। ਮੈਂ ਰੱਬ ਗੁਰੂ ਸ਼ਬਦ ਤਾਂ ਵਰਤ ਰਿਹਾ ਹਾਂ ਕਿਉਂਕਿ ਬਾਣੀ ਵਿੱਚ ਇੱਕ ਬਚਨ ਦਾ ਗੁਰ ਪਰਮੇਸ਼ਰ ਇੱਕੋ ਜਾਣ ਕਹਿੰਦੇ, ਗੁਰੂ ਤੇ ਪਰਮੇਸ਼ਰ ਇੱਕ ਕਰਕੇ ਜਾਣ, ਕਿਉਂਕਿ ਰੱਬ ਹੀ ਗੁਰੂ ਹੈ ਤੇ ਗੁਰੂ ਹੀ ਰੱਬ। ਇਸੇ ਕਰਕੇ ਭੱਟ ਸਾਹਿਬਾਨਾਂ ਨੇ ਇੱਕ ਬਚਨ ਕਰਕੇ ਮਨੁੱਖ ਦੇ ਸ਼ੰਕੇ ਨਿਵਰਤ ਕਰ ਦਿੱਤੇ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ, ਜੋਤ ਜਗ ਮੰਡਲ ਕਰੇ ਪਰਮਾਤਮਾ ਗੁਰੂ ਆਪ ਹੀ ਇੱਕ ਰੂਪ ਹੈ। ਸਤਿਗੁਰੂ ਭਾਈ ਸਿੱਖ ਕਹਿਣ ਲੱਗਾ ਕਿ ਇੱਥੇ ਹੁਣ ਸਾਰੀਆਂ ਗੱਲਾਂ ਢੁੱਕ ਗਈਆਂ ਹਨ, ਸਭੀ ਬਾਤ ਇਹਾਂ ਮਿਲ ਰਹੀ, ਕਿਉਂਕਿ ਜਿਹੜੀ ਉਸ ਬੱਕਰੀ ਦੀ ਗੱਲ ਉਹ ਸਿੱਖ ਨੇ ਸੁਣਾਈ ਹੈ, ਉਸ ਬੱਕਰੀ ਨੂੰ ਤਾਕਤ ਦੇਣ ਵਾਲਾ ਰੱਬ ਸੀ, ਰੱਬ ਨੇ ਤਾਕਤ ਦਿੱਤੀ, ਬੱਕਰੀ ਦਾ ਭਰੋਸਾ ਰੱਬ ਤੇ ਬੱਝਾ, ਉਹਨੇ ਰੱਬ ਤੇ ਭਰੋਸਾ ਕਰਕੇ ਬਗਿਆੜ ਨਾਲ ਲੜ ਪਿਆ ਅਤੇ ਆਪਣੇ ਬੱਚਿਆਂ ਨੂੰ ਆਪਣੇ ਤੋਂ ਦੂਰ ਨਹੀਂ ਜਾਣ ਦਿੱਤਾ। ਤੇ ਸਾਡਾ ਭਰੋਸਾ ਰੱਬ ਗੁਰੂ ਤੇ ਹੈ, ਸਾਨੂੰ ਰੱਬ ਗੁਰੂ ਤੇ ਭਰੋਸਾ ਇੰਨਾ ਐਵੇਂ ਹੈ ਜਿਵੇਂ ਬੱਕਰੀ ਨੂੰ ਜਿਹੜਾ ਰੱਬ ਤੇ ਭਰੋਸਾ ਸੀ, ਕਿਉਂਕਿ ਅਸੀਂ ਵੀ ਰੱਬ ਤੇ ਭਰੋਸਾ ਕਰਕੇ ਦੁਸ਼ਮਣ ਨਾਲ ਲੜ ਪੈਂਦੇ ਹਾਂ ਅਤੇ ਆਪਣੇ ਗੁਰਧਾਮਾਂ ਦੀ ਬੇਅਦਬੀ ਹੋਣ ਤੋਂ ਬਚਾਉਣ ਦੇ ਲਈ ਦੁਸ਼ਮਣ ਨੂੰ ਮਾਰ ਦਿੰਦੇ ਹਾਂ, ਪਰ ਉਹਨੂੰ ਜਿਹੜਾ ਆਪਣੇ ਲਾਗੇ ਖੰਗਣ ਨਹੀਂ ਦਿੰਦੇ। ਉਹ ਸਿੱਖ ਕਹਿਣ ਲੱਗਾ ਸਭੀ ਬਾਤ ਇਹਾਂ ਮਿਲ ਗਈ, ਇੱਥੇ ਹੁਣ ਸਾਰੀਆਂ ਗੱਲਾਂ ਢੁੱਕ ਗਈਆਂ ਹਨ, ਕਿਉਂਕਿ ਆਪਣੀ ਆਪਣੀ ਬਿਰਤੀ ਮੈਂ ਪਹਿਲਾਂ ਬੇਨਤੀ ਕਰ ਦਿੱਤੀ ਹੈ। ਕਈਆਂ ਨੂੰ ਗੱਲ ਇਹ ਢੁੱਕਣੀ ਹੈ, ਕਈਆਂ ਨੂੰ ਚੰਗੀ ਲੱਗਣੀ ਹੈ, ਕਈਆਂ ਨੂੰ ਮਾੜੀ ਲੱਗਣੀ ਹੈ, ਪਰ ਜਿਹਦਾ ਅੰਦਰ ਦਾ ਕਪਾਟ ਖੁੱਲਾ ਹੋਇਆ ਹੈ ਉਹਨੇ ਮਾੜੀ ਗੱਲ ਦੇ ਵਿੱਚੋਂ ਵੀ ਚੰਗੀ ਗੱਲ ਸਿੱਖ ਲਈ। ਗੁਣ ਕੀ ਸਾਜ ਕਰੀਜਾ ਗੁਣਾ ਕੇਰੀ ਛੋੜ ਅਵਗੁਣ ਚੱਲੀ ਹੈ, ਉਹਨੂੰ ਪਿੱਛੇ ਤਾਕਤ ਜਿਹੜੀ ਸੋਮਾ ਕੰਮ ਕਰ ਰਿਹਾ ਰੱਬ ਦੀ ਤਾਕਤ ਉਹਨੇ ਉਸ ਨੂੰ ਪਕੜਨਾ ਹੈ। ਉਹ ਤਾਕਤ ਭਾਵੇਂ ਇੱਕ ਸਿੱਖ ਵਿੱਚ ਕੰਮ ਕਰ ਰਹੀ ਹੈ, ਉਹ ਤਾਕਤ ਭਾਵੇਂ ਇੱਕ ਬੱਕਰੀ ਵਿੱਚ ਕੰਮ ਕਰ ਰਹੀ ਹੈ, ਉਹਨੇ ਉਸ ਤਾਕਤ ਨੂੰ ਫੜਨਾ ਹੈ ਤੇ ਤਾਕਤ ਦੇਣ ਵਾਲਾ ਕੇਵਲ ਰੱਬ ਹੈ। ਤੇ ਉਹ ਸਿੱਖ ਕਹਿਣ ਲੱਗਾ ਇੱਥੇ ਮੇਰੇ ਵਾਸਤੇ ਸਾਰੀਆਂ ਗੱਲਾਂ ਢੁੱਕ ਗਈਆਂ, ਇਸ ਸਿੱਖ ਦੀਆਂ ਗੱਲਾਂ ਵੀ ਢੁੱਕ ਗਈਆਂ ਕਿ ਬੱਕਰੀ ਨੂੰ ਨਿਸ਼ਚਾ ਰੱਬ ਤੇ ਸੀ, ਤੇ ਇਸ ਸਿੱਖ ਦੀਆਂ ਗੱਲਾਂ ਵੀ ਢੁੱਕ ਗਈਆਂ ਕਿ ਅਸੀਂ ਗੁਰੂ ਪਰਮਾਤਮਾ ਤੋਂ ਪਰੇ ਨਹੀਂ ਜਾ ਸਕਦੇ, ਕਿਉਂਕਿ ਸਾਡੇ ਵਾਸਤੇ ਗੁਰੂ ਪਰਮਾਤਮਾ ਹੀ ਸਭ ਕੁਝ ਹੈ। ਪੰਜ ਪੰਜੋ ਸਰਜੇ ਗੁਰੂ ਬਣਾਏ। ਫਿਰ ਕਹਿਣ ਲੱਗੇ ਖਾਲਸਾ ਜੀ ਇਹ ਪੰਜ ਸਰ ਤੋਂ ਭਾਵ ਕਿ ਪੰਜ ਸਰੋਵਰ ਗੁਰੂ ਸਾਹਿਬ ਜੀ ਨੇ ਆਪ ਆਪਣੇ ਕਰ ਕਮਲਾਂ ਦੇ ਨਾਲ ਇਸ ਪਾਵਨ ਧਰਤੀ ਤੇ ਆਪ ਬਣਾਏ ਹਨ। ਨਹੀਂ ਮੈਂ ਇੱਕ ਬਚਨ ਮਿਲਾਏ। ਸਿੱਖ ਕਹਿੰਦਾ ਖਾਲਸਾ ਜੀ ਕਿੰਨੀ ਚੰਗੀ ਗੱਲ ਹੋਵੇ, ਇਹਨਾਂ ਪੰਜਾਂ ਸਰੋਵਰਾਂ ਦੇ ਵਿੱਚੋਂ ਹੀ ਇੱਕ ਤੇ ਜਿਹੜਾ ਵਾ ਉਹ ਗੁਰਮਤਾ ਕਰ ਲਿਆ ਜਾਵੇ, ਇਹਨਾਂ ਪੰਜਾਂ ਸਰੋਵਰਾਂ ਵਿੱਚੋਂ ਇੱਕ ਸਰੋਵਰ ਚੁਣ ਲਿਆ ਜਾਵੇ, ਉਹਦੇ ਕੰਢੇ ਤੇ ਗੁਰਮਤਾ ਪਾ ਦਿੱਤਾ ਜਾਵੇ ਕਿ ਇਸ ਸਰੋਵਰ ਦੇ ਉੱਤੇ ਇਹ ਜਿਹੜਾ ਕਿਲਾ ਬਣਾਇਆ ਜਾਵੇਗਾ, ਇਹ ਜਿਹੜਾ ਗੁਰਮਤਾ ਪਾ ਲਿਆ ਜਾਵੇ। ਅੰਮ੍ਰਿਤਸਰ ਵਿਵੇਕ ਸਾਰ ਕੌਲ ਸਰ ਲਿਓ ਥਾਪ। ਸਿੱਖਾਂ ਨੇ
ਫਿਰ ਇਹਦੇ ਵਿੱਚ ਇਹਦੀ ਘੋਖਣ ਵਾਸਤੇ ਇਹਦਾ ਅਧਿਐਨ ਕਰਨ ਵਾਸਤੇ ਸਰੋਵਰਾਂ ਦੀ ਪਰਿਕਰਮਾ ਕੀਤੀ ਹੈ ਕਿ ਕਿਹੜੀ ਜਗ੍ਹਾ ਤੇ ਜਿਹੜਾ ਕਿਲਾ ਬਣਿਆ ਹੋਇਆ ਸਾਡੇ ਵਾਸਤੇ ਸੇਫ ਹੈ, ਕਿਉਂਕਿ ਗੁਰਧਾਮਾ ਦੀ ਬੇਅਦਬੀ ਨੂੰ ਵੀ ਬਚਾਉਣਾ ਹੈ, ਦੁਸ਼ਮਣ ਦਾ ਸਾਹਮਣਾ ਕਰਨਾ ਹੈ, ਕਿਉਂਕਿ ਦੁਸ਼ਮਣ ਦਾ ਸਾਹਮਣਾ ਕਰਨ ਵਾਸਤੇ ਕਿਲਾ ਉੱਥੇ ਬਣਾਉਣਾ ਜ਼ਰੂਰੀ ਹੈ ਜਿੱਥੇ ਦੁਸ਼ਮਣ ਦਾ ਸਾਹਮਣਾ ਵਧੀਆ ਢੰਗ ਤਰੀਕੇ ਨਾਲ ਕੀਤਾ ਜਾ ਸਕੇ, ਅਤੇ ਸਮਾਨ ਰੱਖਣ ਵਾਸਤੇ ਵੀ ਜਿਹੜਾ ਉਹ ਥਾਂ ਥਾਂ ਖੁੱਲਾ ਚਾਹੀਦਾ ਹੈ। ਜਿਸ ਕਰਕੇ ਫਿਰ ਸਿੱਖਾਂ ਨੇ ਇਹਨਾਂ ਪੰਜਾਂ ਸਰੋਵਰਾਂ ਦੀ ਪਰਿਕਰਮਾ ਕੀਤੀ, ਪੰਜਾਂ ਸਰੋਵਰਾਂ ਦਾ ਅਧਿਐਨ ਕੀਤਾ ਹੈ। ਸਭ ਤੋਂ ਪਹਿਲਾਂ ਸ੍ਰੀ ਅੰਮ੍ਰਿਤਸਰ ਜਿਹੜਾ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਉਹ ਜਿਹੜਾ ਸਰੋਵਰ ਬਣਾਇਆ ਜਿਹਦੇ ਵਿੱਚ ਹਰਿਮੰਦਰ ਸਾਹਿਬ ਉਹਦੀ ਪਰਿਕਰਮਾ ਕੀਤੀ, ਬਿਬੇਕ ਸਰ, ਕੌਲ ਸਰ ਲਈ ਥਾਪ, ਇਹਨਾਂ ਤਿੰਨਾਂ ਸਰੋਵਰਾਂ ਦੀ ਫਿਰ ਸਿੱਖਾਂ ਨੇ ਪਰਿਕਰਮਾ ਕਰਕੇ ਅਧਿਐਨ ਕਰਕੇ ਉਸ ਜਗ੍ਹਾ ਨੂੰ ਵੇਖਿਆ ਕਿ ਇਹਨਾਂ ਤਿੰਨਾਂ ਸਰੋਵਰਾਂ ਵਿੱਚੋਂ ਕਿਹੜੇ ਸਰੋਵਰ ਤੇ ਇਹ ਕਿਲਾ ਉਸਾਰਿਆ ਜਾ ਸਕਦਾ ਹੈ। ਸੰਤੋਖ ਸਾਰਿਓ ਰਾਮ ਸਾਰੇ ਗੁਰੂ ਰਾਮਦਾਸ ਕਰੇ ਆਪ, ਸੰਤੋਖ ਸਰ ਔਰ ਰਾਮ ਸਰ ਗੁਰੂ ਰਾਮਦਾਸ ਕਰੇ ਆਪ। ਸੰਤੋਖ ਸਰ ਅਤੇ ਰਾਮ ਸਰ ਦਾ ਸਰੋਵਰ ਜਿਸ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਦਿ ਬੇਟ ਦੀ ਸੰਪਾਦਨਾ ਕਰਾਈ ਸੀ 1601 ਤੋਂ ਲੈ ਕੇ 1604 ਈਸਵੀ ਦੇ ਵਿੱਚ ਭਾਈ ਗੁਰਦਾਸ ਜੀ ਪਾਸੋਂ, ਇਹਨਾਂ ਦੋ ਸਰੋਵਰਾਂ ਦਾ ਹੀ ਇਹਨਾਂ ਦਾ ਵੀ ਅਧਿਐਨ ਕੀਤਾ ਗਿਆ, ਕਿਉਂਕਿ ਇਹਨਾਂ ਦਾ ਵੀ ਅਧਿਐਨ ਕਰਕੇ ਫਿਰ ਹੀ ਜਿਹੜਾ ਕਿਸੇ ਗੱਲ ਦਾ ਫੈਸਲਾ ਲਿਆ ਜਾਣਾ ਸੀ। ਰਾਮਦਾਸ ਸਰ ਜੇ ਪੰਜ ਬਣਾਏ, ਇੱਥੇ ਭਾਈ ਰਤਨ ਸਿੰਘ ਜੀ ਕਹਿੰਦੇ ਆ ਕਿ ਇਹ ਪੰਜੇ ਸਰੋਵਰ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਬਣਾਏ ਹਨ, ਪਰ ਅਸਲ ਵਿੱਚ ਸੱਚਾਈ ਇਹ ਨਹੀਂ, ਸੱਚਾਈ ਇਹ ਹੈ ਕਿਉਂਕਿ ਇੱਕ ਸਰੋਵਰ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਨੀਂਹ ਰੱਖੀ, ਖੁਦਵਾਈ ਆਰੰਭ ਕਰਵਾਈ, ਪਰ ਉਹਦੀ ਸੇਵਾ ਵੀ ਪੂਰੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਰਾਈ ਹੈ, ਤੇ ਬਾਕੀ ਚਾਰ ਸਰੋਵਰਾਂ ਦੀ ਉਸਾਰੀ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਪ ਹੀ ਕਰਵਾਈ ਹੈ। ਇੱਕ ਤਾਂ ਲੀਜੇ ਕੰਧ ਚਨਾਏ, ਫਿਰ ਜਦੋਂ ਪੰਜਾਂ ਸਰੋਵਰਾਂ ਦਾ ਅਧਿਐਨ ਕਰ ਲਿਆ, ਪੰਜਾਂ ਸਰੋਵਰਾਂ ਦੀ ਪਰਿਕਰਮਾ ਕਰ ਲਈ, ਪੰਜਾਂ ਸਰੋਵਰਾਂ ਦੇ ਲਾਗੇ ਬੰਨੇ ਦੀ ਜ਼ਮੀਨ ਵੇਖ ਲਈ, ਫਿਰ ਜਿਹੜੇ ਸਿੱਖ ਅਕਾਲ ਤਖਤ ਸਾਹਿਬ ਤੇ ਆਏ ਹਨ ਅਤੇ ਇੱਥੇ ਆ ਕੇ ਫਿਰ ਵਿਚਾਰਾ ਕਰਦੇ ਹਨ ਕਿ ਖਾਲਸਾ ਜੀ ਹੁਣ ਦੱਸੋ ਕਿ ਕਿਹੜੇ ਸਰੋਵਰ ਦੇ ਕੰਢੇ ਉੱਤੇ ਇਹ ਜਿਹੜਾ ਕਿਲਾ ਉਸਾਰਿਆ ਜਾਵੇ। ਮਰੇ ਤੁਰਕ ਤੈ ਆਪੇ ਆਏ, ਕਿਉਂਕਿ ਕਿਲਾ ਉੱਥੇ ਉਸਾਰਨਾ ਹੈ ਆਪਾਂ ਜਿੱਥੇ ਤੁਰਕਾਂ ਨਾਲ ਲੜਦਿਆਂ ਹੋਇਆ ਜਾਂ ਮਰਨਾ ਪੈ ਜਾਵੇ ਤੇ ਜਾਂ ਤੁਰਕਾਂ ਨੂੰ ਮਾਰਨਾ ਪੈ ਜਾਵੇ। ਗੜੀ ਬਣਾਓ ਰਣ ਥੰਬ ਪਾਏ, ਤੇ ਗੜੀ ਜਿਹੜੀ ਗੜੀ ਬਣਾਉਣੀ ਹੈ, ਕਿਲਾ ਬਣਾਉਣਾ ਹੈ, ਉਹ ਆਪਾਂ ਰਣ ਥੰਬ ਪਾ ਕੇ, ਭਾਵ ਕਿ ਜਿਹੜੇ ਉਹਨਾਂ ਦੇ ਚੰਗੇ ਤਰੀਕੇ ਨਾਲ ਬੁਰਜ ਬਣਾ ਕੇ ਉਹਨਾਂ ਦੀ ਚੰਗੀ ਮਜ਼ਬੂਤੀ ਹੋਵੇ, ਚੰਗਾ ਵੱਡਾ ਕਿਲਾ ਹੋਵੇ, ਖੁੱਲਾ ਹੋਵੇ, ਉਦਾਂ ਦਾ ਆਪਾਂ ਕਿਲਾ ਬਣਾਉਣਾ ਹੈ, ਜਿਸ ਕਰਕੇ ਹੁਣ ਸਰੋਵਰ ਦੀ ਥਾਂ ਨਿਸ਼ਚਿਤ ਕੀਤੀ ਜਾਵੇ। ਖੁੱਲੀ ਖੂਹੀ ਤੈ ਗੁਰੂ ਲਵਾਏ, ਫਿਰ ਜਿਹੜਾ ਸਿੱਖਾਂ ਨੇ ਕਿਹਾ ਖਾਲਸਾ ਜੀ ਕਿਉਂ ਨਾ ਆਪਾਂ ਜਿਹੜਾ ਸਰੋਵਰ ਹੈ ਰਾਮ ਸਰ ਦਾ ਸਰੋਵਰ ਉਹਦੇ ਕੰਢੇ ਤੇ ਇਹ ਜਿਹੜਾ ਵਾ ਕਿਲਾ ਬਣਾਇਆ ਜਾਵੇ, ਕਿਉਂਕਿ ਇਸ ਸਰੋਵਰ ਦੇ ਕੰਢੇ ਉੱਤੇ ਇੱਕ ਖੂਹੀ ਹੈ ਜਿਹੜੀ ਗੁਰੂ ਸਾਹਿਬ ਜੀ ਨੇ ਪਾਣੀ ਦੀ ਕਿਲਤ ਨੂੰ ਦੂਰ ਕਰਨ ਵਾਸਤੇ ਆਪ ਲਗਵਾਈ ਹੋਈ ਹੈ। ਥਾਲੀਨੀ ਨੀਤ ਰਾਏ, ਇਸ ਥਾਂ ਦੇ ਵਿਚਕਾਰ ਇਸ ਜਗ੍ਹਾ ਤੇ ਆਪਾਂ ਜਿਹੜਾ ਕਿਲਾ ਉਸਾਰ ਲਈਏ ਤਾਂ ਜੋ ਸਾਨੂੰ ਪਾਣੀ ਦੀ ਵੀ ਕੋਈ ਕਮੀ ਨਾ ਆਵੇ, ਸਾਡਾ ਸੁਰਕਿਲਾ ਵੀ ਬਣ ਜਾਵੇਗਾ ਅਤੇ ਸਰੋਵਰ ਦੀ ਚੋਣ ਵੀ ਹੋ ਜਾਵੇਗੀ, ਤੇ ਇਹ ਜਿਹੜਾ ਏਰੀਆ ਹੈ ਇਹ ਜਿਹੜਾ ਸਰੋਵਰ ਸਾਡੇ ਵਾਸਤੇ ਬਿਲਕੁਲ ਸਹੀ ਹੈ, ਕਿਉਂਕਿ ਇਧਰਲੇ ਬੰਨੇ ਦੁਸ਼ਮਣ ਦੇ ਨਾਲ ਵਧੀਆ ਤਰੀਕੇ ਦੇ ਨਾਲ ਮੁਕਾਬਲਾ ਵੀ ਕੀਤਾ ਜਾ ਸਕਦਾ ਹੈ, ਅਤੇ ਇਸ ਸਰੋਵਰ ਦੇ ਰਾਹੀਂ ਆਪਾਂ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਬੇਅਦਬੀ ਹੋਣ ਤੋਂ ਵੀ ਬਚਾ ਸਕਦੇ ਹਾਂ, ਇਸ ਕਰਕੇ ਇਸ ਬੰਨੇ ਜਿਹੜਾ ਆਪਾਂ ਕਿਲੇ ਨੂੰ ਉਸਾਰਿਆ ਉਸਾਰ ਲਈਏ। ਆਪੇ ਰਾਜ ਸਿੰਘ ਆਪ ਮਜੂਰ, ਭਾਈ ਰਤਨ ਸਿੰਘ ਜੀ ਕਹਿੰਦੇ ਪਰ ਅਖੀਰ ਸਿੱਖਾਂ ਨੇ ਗੁਰਮਤਾ ਪਾ ਲਿਆ ਹੈ,
ਸਿੱਖਾਂ ਨੇ ਅਰਦਾਸਾ ਸੋਚ ਕੇ ਫੈਸਲਾ ਕਰ ਦਿੱਤਾ ਕਿ ਰਾਮਸਰ ਦੇ ਕੰਢੇ ਦੇ ਉੱਤੇ ਇਹ ਜਿਹੜਾ ਰਾਮ ਰੌੜੀ ਦਾ ਕਿਲਾ ਬਣਾਇਆ ਜਾਵੇ, ਜਿਹਦਾ ਬਾਅਦ ਵਿੱਚ ਨਾਮ ਬਦਲ ਕੇ ਰਾਮਗੜ ਨਾਮ ਰੱਖਿਆ ਗਿਆ ਹੈ, ਪਰ ਪਹਿਲਾ ਨਾਮ ਜਿਹੜਾ ਇਹਦਾ ਕਿਲੇ ਦਾ ਰੱਖਿਆ ਸੀ ਉਹ ਰਾਮ ਰੌੜੀ ਰੱਖਿਆ ਗਿਆ ਸੀ। ਭਾਈ ਰਤਨ ਸਿੰਘ ਜੀ ਕਹਿੰਦੇ ਇਹ ਗੁਰਮਤਾ ਹੋਇਆ ਤੇ ਹੁਣ ਸਿੱਖਾਂ ਨੇ ਜਿਹੜਾ ਕਿਲਾ ਉਸਾਰਨ ਵਾਸਤੇ ਆਪੇ ਰਾਜ ਸਿੰਘ ਆਪੇ ਮਜੂਰ, ਕਿਉਂਕਿ ਸਿੱਖ ਜਿਹੜੇ ਇਕੱਠੇ ਰਹਿੰਦੇ ਸਨ ਅਤੇ ਹਰੇਕ ਜਾਤ ਦਾ ਸਿੱਖ ਸੀ, ਕੋਈ ਤਰਖਾਣ ਸੀ, ਕੋਈ ਘੁਮਿਆਰ ਸੀ, ਕੋਈ ਜੱਟ ਸੀ, ਕੋਈ ਅਰੋੜਾ ਸੀ, ਕੋਈ ਖੱਤਰੀ ਸੀ, ਕੋਈ ਕਿਸੇ ਜਾਤੀ ਦਾ ਸੰਬੰਧ ਰੱਖਦਾ ਸੀ, ਜਿਸ ਕਰਕੇ ਸਿੱਖਾਂ ਨੂੰ ਕੋਈ ਵੀ ਕੰਮ ਕਰਨ ਵਿੱਚ ਤੰਗੀ ਨਹੀਂ ਸੀ ਆਉਂਦੀ, ਕਿਉਂਕਿ ਕਈਆਂ ਨੂੰ ਪ੍ਰਸ਼ਾਦਾ ਬਾਣੀ ਪਾਣੀ ਬਣਾਉਣਾ ਆਉਂਦਾ ਸੀ, ਕਈਆਂ ਨੂੰ ਜਿਹੜਾ ਕੰਧ ਉਸਾਰਨੀ ਆਉਂਦੀ ਸੀ, ਕਈਆਂ ਨੂੰ ਜਿਹੜਾ ਵਾ ਉਹ ਇੱਟਾਂ ਬਣਾਉਣੀਆਂ ਆਉਂਦੀਆਂ ਸੀ, ਕਈਆਂ ਨੂੰ ਜਿਹੜਾ ਵਾ ਮਸਾਲਾ ਜਾਂ ਮਿੱਟੀ ਲਗਾਉਣੀ ਆਉਂਦੀ ਸੀ, ਭਾਵ ਕਿ ਹਰੇਕ ਕੰਮ ਸਿੱਖ ਆਪ ਕਰ ਸਕਦੇ ਸੀ, ਸਿੱਖਾਂ ਨੂੰ ਬਾਹਰੋਂ ਨਾ ਦਿਹਾੜੀਦਾਰ ਲਿਆਉਣ ਦੀ ਲੋੜ ਸੀ ਤੇ ਨਾ ਹੀ ਸਿੱਖਾਂ ਨੂੰ ਕੋਈ ਰਾਜਗਿਰੀ ਮਿਸਤਰੀ ਲਿਆਉਣ ਦੀ ਲੋੜ ਸੀ, ਆਪ ਹੀ ਸਾਰਾ ਕੰਮ ਆਪੇ ਕਰ ਸਕਦੇ ਸੀ। ਬੜੇ ਭਜੰਗੀ ਦਿਲ ਕੇ ਸੂਰ, ਕਿਉਂਕਿ ਇਹ ਸਿੱਖ ਜਿਹੜੇ ਹਨ ਸੱਪ ਦੇ ਵਾਂਗੂ ਬਹੁਤ ਜਿਹੜੇ ਫਰਤੀਲੇ ਹਨ, ਕਿਉਂਕਿ ਸੱਪ ਆਪਾਂ ਸਾਰੇ ਜਾਣਦੇ ਹਾਂ ਕਿ ਕੱਚੀ ਮਿੱਟੀ ਤੇ ਅਤੇ ਪਾਣੀ ਦੇ ਉੱਤੇ ਗੋਲੀ ਵਾਂਗੂ ਜਾਂਦਾ ਬਹੁਤ ਤੇਜ਼ ਦੌੜਦਾ ਹੈ, ਤੇ ਜਿਹੜੇ ਸਿੱਖਾਂ ਦੇ ਵਿੱਚ ਜਿਹੜੀ ਫੁਰਤੀ ਸੀ ਉਹ ਸੱਪ ਦੇ ਵਾਂਗੂ ਸੀ, ਭਾਵ ਕਿ ਇਹ ਸੱਪ ਦੇ ਵਾਂਗੂ ਦੌੜ ਦੌੜ ਕੇ ਕੰਮ ਕਰਨ ਵਿੱਚ ਬੜੇ ਫਰਤੀਲੇ ਸਨ ਤੇ ਬੜੇ ਸੂਰਮੇ ਦਿਲ ਦੇ ਸਨ। ਆਪੇ ਪੀਸੇ ਆਪ ਪਕਾਵੇ, ਇਹਨਾਂ ਨੂੰ ਰੋਟੀ ਪਾਣੀ ਵੀ ਜਿਹੜਾ ਬਾਹਰੋਂ ਪ੍ਰਬੰਧ ਨਹੀਂ ਸੀ ਕਰਨ ਦੀ ਲੋੜ, ਬਸ ਰਸਤ ਪਾਣੀ ਚਾਹੀਦਾ ਸੀ, ਆਪੇ ਚੱਕੀਆਂ ਲਾ ਲੈਂਦੇ ਸਨ, ਆਪੇ ਆਟਾ ਗੁੰਨ ਲੈਂਦੇ ਸਨ, ਆਪੇ ਰਾਸ਼ਨ ਪਾਣੀ ਪਕਾ ਕੇ ਅਤੇ ਨਾਰਾ ਮਾਰ ਦਿੰਦੇ ਸਨ ਕਿ ਭਾਈ ਪ੍ਰਸ਼ਾਦਾ ਗੁਰੂ ਦਾ ਤਿਆਰ ਹੈ, ਜਿੰਨੇ ਛਕਣਾ ਹੁਣ ਪੰਗਤ ਵਿੱਚ ਆ ਕੇ ਬੈਠ ਕੇ ਛਕ ਸਕਦਾ ਹੈ। ਇਹਤੋਂ ਵੱਡੇ ਸਰਦਾਰ ਕਹਾਵੇ, ਭਾਈ ਰਤਨ ਸਿੰਘ ਜੀ ਕਹਿੰਦੇ ਹਨ ਸਿੱਖਾਂ ਦੇ ਵਿੱਚ ਕੋਈ ਸ਼ਰੀਕਾਬਾਜ਼ੀ ਨਹੀਂ ਸੀ, ਸਿੱਖਾਂ ਦੇ ਵਿੱਚ ਕੋਈ ਈਰਖਾਬਾਜ਼ੀ ਨਹੀਂ ਸੀ ਕਿ ਫਲਾਣਾ ਜਿਹੜਾ ਉੱਚੀ ਜਾਤ ਦਾ ਹੈ ਜਾਂ ਫਲਾਣਾ ਜਿਹੜਾ ਵਾ ਉਹ ਏਦਾਂ ਕੰਮ ਨਹੀਂ ਕਰਦਾ ਜਾਂ ਫਲਾਣਾ ਬੰਦਾ ਬਹਾਨੇਬਾਜ਼ ਹੈ, ਏਦਾਂ ਦਾ ਕੋਈ ਵੀ ਸਿੱਖਾਂ ਵਿੱਚ ਜਿਹੜਾ ਈਰਖਾਬਾਜ਼ੀ ਸ਼ਰੀਕੀ ਸ਼ਰੀਕਾਬਾਜ਼ੀ ਨਹੀਂ ਸੀ, ਇਹ ਪ੍ਰੇਮ ਦੇ ਨਾਲ ਰਹਿੰਦੇ ਸਨ ਅਤੇ ਜਿਹੜਾ ਜ਼ਿਆਦਾ ਭੱਜ ਭੱਜ ਕੇ ਕੰਮ ਕਰਦਾ ਸੀ ਉਹਨੂੰ ਸਿੱਖ ਕਹਿੰਦੇ ਸਨ। ਤੇ ਤੋਂ ਵੱਡੋ ਸਰਦਾਰ ਕਹਾਵੇ, ਕਹਿੰਦੇ ਇਹ ਤੇ ਸਰਦਾਰ ਬੰਦਾ ਹੈ ਜਿਹੜਾ ਭੱਜ ਭੱਜ ਕੇ ਕੰਮ ਕਰਦਾ, ਵੈਸੇ ਸਰਦਾਰ ਉਹਨੂੰ ਕਹਿੰਦੇ ਜਿਹੜਾ ਸੋਹਣੇ ਕੱਪੜੇ ਪਾ ਕੇ ਬਹਿੰਦਾ ਹੈ, ਜਿਹਨੇ ਚੰਗੀ ਵਧੀਆ ਪੱਗ ਬੰਨੀ ਉਹਨੂੰ ਸਰਦਾਰ ਕਿਹਾ ਜਾਂਦਾ ਹੈ, ਪਰ ਸਿੱਖਾਂ ਦੇ ਬੋਲੇ ਵਿੱਚ ਸਰਦਾਰ ਉਹਨੂੰ ਕਹਿੰਦੇ ਸਨ ਜਿਹੜਾ ਗੁਰੂ ਦੀ ਸੇਵਾ ਮਨ ਮਾਰ ਕੇ ਅਤੇ ਭੱਜ ਭੱਜ ਕੇ ਕਰਦਾ, ਕਿਉਂਕਿ ਬਾਣੀ ਦਾ ਇੱਕ ਬਚਨ ਹੈ ਸਤ ਗੁਰ ਕੀ ਸੇਵਾ ਗਾਖੜੀ ਸਿਰ ਦੀਜੇ ਆਪ ਗਵਾਏ, ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ, ਜਿਹੜਾ ਸਤਿਗੁਰੂ ਦੀ ਸੇਵਾ ਕਰਦਾ ਸੀ ਉਹਨੂੰ ਸਿੱਖਾਂ ਦੇ ਵਿੱਚ ਸਰਦਾਰ ਗਿਣਿਆ ਜਾਂਦਾ ਸੀ। ਜੋ ਕਰੇ ਸਿੰਘ ਬਹੁਤੇ ਕੰਮ, ਜਿਹੜਾ ਸਿੱਖ ਭੱਜ ਭੱਜ ਕੇ ਸੇਵਾ ਕਰਦਾ ਸੀ, ਧੰਨ ਧੰਨ ਕਹਿ ਸਿੰਘ ਤਿਸੇ ਜਮ, ਸਿੱਖ ਉਹਨੂੰ ਕਹਿੰਦੇ ਸਨ ਕਿ ਤੇਰਾ ਜਨਮ ਧੰਨ ਹੈ, ਤੇਰਾ ਜਨਮ ਧਨ ਹੈ ਜਿਹਨੇ ਸੇਵਾ ਕਰਕੇ ਆਪਣੇ ਜਨਮ ਨੂੰ ਸਫਲਾ ਕਰ ਲਿਆ ਹੈ। ਉਹ ਕਰੇ ਨਾ ਕਿਸੇ ਸਰੀਕਾ, ਕੋਈ ਸਿੰਘ ਕਿਸੇ ਨਾਲ ਸ਼ਰੀਕਾਬਾਜ਼ੀ ਨਹੀਂ ਕਰਦਾ, ਉਹ ਨਾ ਸੁਣਾਵੇ ਦੁੱਖ ਨਿਜ ਜੀ ਕਾ। ਤੇ ਭਾਈ ਰਤਨ ਸਿੰਘ ਜੀ ਕਹਿੰਦੇ ਏਦਾਂ ਦਾ ਸਿੱਖਾਂ ਦੇ ਵਿੱਚ ਪਿਆਰ ਸੀ, ਮਾਹੌਲ ਸੀ ਕਿ ਮੰਨ ਲਓ ਜੇ ਕੋਈ ਥੋੜਾ ਬਹੁਤਾ ਬਿਮਾਰ ਵੀ ਹੋ ਗਿਆ ਹੈ ਤਾਂ ਉਹ ਜਤਾਉਂਦਾ ਨਹੀਂ ਸੀ ਕਿ ਮੈਂ ਹੁਣ ਅੱਜ ਦੁਖੀ ਹਾਂ, ਮੈਂ ਬਿਮਾਰ ਹਾਂ, ਮੈਂ ਜਿਹੜੀ ਸੇਵਾ ਨਹੀਂ ਕਰ ਸਕਦਾ, ਮੈਂ ਕੰਮ ਨਹੀਂ ਕਰ ਸਕਦਾ, ਕਿਉਂਕਿ ਜਿਵੇਂ ਅੱਜ ਕੱਲ੍ਹ ਆਪਣੇ ਵਿੱਚੋਂ ਬਹੁਤ ਸਾਰੇ ਅਸੀਂ ਬਹਾਨੇ ਮਾਰ ਦਿੰਦੇ ਹਾਂ ਕਿ ਅੱਜ ਕੋਈ ਕੰਮ ਨਹੀਂ ਹੋਣਾ, ਪਰ ਉਹਨਾਂ ਸਿੱਖਾਂ ਦੇ ਵਿੱਚ ਏਦਾਂ ਦਾ ਨਹੀਂ ਸੀ, ਜੇ ਕੋਈ ਬਿਮਾਰ ਵੀ ਹੁੰਦਾ ਸੀ ਉਹ ਕਹਿੰਦਾ ਨਹੀਂ ਸੇਵਾ ਕਰਕੇ ਮੈਂ ਠੀਕ ਹੋ ਜਾਵਾਂਗਾ, ਸੇਵਾ ਦੇ ਨਾਲ ਮੈਂ ਜਿਹੜਾ ਵਾ ਉਹ ਰਾਜ਼ੀ ਹੋ ਜਾਵਾਂਗਾ, ਕਿਉਂਕਿ ਬਾਣੀ ਦੇ ਵਿੱਚ ਇੱਕ ਬਚਨ ਆਉਂਦਾ ਸਰਬ ਰੋਗਾਂ ਔਖਦ ਨਾਮ, ਸਾਰਿਆਂ ਰੋਗਾਂ ਦਾ ਕੇਵਲ ਪਰਮਾਤਮਾ ਦੀ ਯਾਦ ਹੀ, ਪਰਮਾਤਮਾ ਦਾ ਨਾਮ ਹੀ ਦਵਾਈ ਹੈ। ਤੇ ਸਤਿਗੁਰੂ ਜੀ ਭਾਈ ਰਤਨ ਸਿੰਘ ਜੀ ਕਹਿੰਦੇ ਹਨ ਸਿੱਖ ਜਿਹੜੇ ਸਨ ਉਹ ਕੰਮ ਕਰਦਿਆਂ ਹੋਇਆ ਨਾ ਸ਼ਰੀਕਾਬਾਜ਼ੀ ਕਰਦੇ ਸਨ ਤੇ ਨਾ ਹੀ ਜਿਹੜਾ ਬਹਾਨੇਬਾਜ਼ੀ ਮਾਰਦੇ ਸਨ ਕਿ ਨਹੀਂ ਅੱਜ ਮੈਂ ਨਹੀਂ ਕੰਮ ਕਰਨਾ ਤੁਸੀਂ ਕੰਮ ਕਰ ਲਵੋ, ਗੁਰੂ ਦੀ ਸੇਵਾ ਜਾਣ ਕੇ ਭੱਜ ਭੱਜ ਕੇ ਕੰਮ ਕਰਦੇ ਸਨ, ਭਾਵੇਂ ਸਰੀਰ ਬਜ਼ੁਰਗ ਸੀ
ਭਾਵੇਂ ਕੋਈ ਜਵਾਨ ਸੀ ਤੇ ਭਾਵੇਂ ਕੋਈ ਬੱਚਾ ਸੀ, ਭੱਜ ਭੱਜ ਕੇ ਗੁਰੂ ਦੇ ਨਾਮ ਦੇ ਉੱਤੇ ਸੇਵਾ ਕਰਦੇ ਸਨ, ਕਿਉਂਕਿ ਪਤਾ ਸੀ ਕਿ ਗੁਰੂ ਦੀ ਸੇਵਾ ਨਹੀਂ ਤਾਂ ਸਾਨੂੰ ਤਾਰਨਾ ਹੈ। ਭਾਈ ਰਤਨ ਸਿੰਘ ਜੀ ਕਹਿੰਦੇ ਇਸ ਤਰੀਕੇ ਦੇ ਨਾਲ ਸਿੱਖਾਂ ਨੇ ਰਾਮ ਰੌਣੀ ਦਾ ਕਿਲਾ ਉਸਾਰਨਾ ਸ਼ੁਰੂ ਕੀਤਾ ਅਤੇ ਸਿੱਖਾਂ ਨੇ ਦਿਨਾਂ ਦੇ ਵਿੱਚ ਇਸ ਕਿਲੇ ਦੀ ਉਸਾਰੀ ਕਰ ਲਈ। ਅਗਨੇਰੇ ਪ੍ਰਸੰਗ ਨੂੰ ਭਾਈ ਰਤਨ ਸਿੰਘ ਜੀ ਭੰਗੂ ਕਿਵੇਂ ਕਲਮਬੰਦ ਕਰਦੇ ਹਨ ਉਹ ਵਿਚਾਰ ਆਪਾਂ ਕੱਲ ਨੂੰ ਕਰਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋਈਆਂ ਨੇ, ਗੁਰੂ ਅਤੇ ਸੰਗਤ ਬਖਸ਼ਣਹਾਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਸਰ ਨਾਹੀਂ ਦਾ ਤਾਰ, ਵਿਸਰ ਨਾਹੀਂ ਦਾ ਤਾਰ, ਆਪਣਾ ਨਾਮ ਦੇ ਹੋ, ਆਪਣਾ ਨਾਮ ਦੇ ਹੋ, ਆਪਣਾ ਨਾਮ ਦੇ ਹੋ।